दोज़िख़ जाएंगे ते नर दोज़िख़ जाएंगे सत पाखे रविदास सत पाखे रविदास करे अचिंत रहो सो करता चिंता करे जिन उपाय जग नानक चिंता मत करो चिंता किस ही है जल में जंते उपाय के जल में जंते उपाय के तिस भी रोजी दे ओथे हट ना चलई उथे हट ना चल रे मन चित है उद्दम जा आहर हर जियो पर आ
शैल पत्थर मैं जनते उपाय गुरबाणी दा एक एक शब्द कुछ विचार ले दरवाजा खोल रहा है इथे लफज उद्यम आया है तो सोचना पड़ेगा उद्यम छड़ दें उद्यम छड़ दें एक पासे गुरबाणी ये गार कह रही है उद्यम करें दिया जीव तू उद्यम करें दिया जीव तू कमाओ दिया सुख भंज इथे आ गया काहे वे मन चित वै उद्यम क्योंकि हर गल नू बड़े सूक्ष्म ढंग नाल समझना है क्योंकि इकल्ला उद्यम ते निर्भर होना चेतवनी विच सोच विच उद्यम नू थां दे देना एक अहंकार है जे तेरे करन करान नाली सब कुछ उद्यम नाली हुंदा होवे ते फिर इंदी कोई थां नहीं रहनी कि असी आखिए जो तू करें करावें स्वामी करन करन ते मैं हो गया मैं अपने उद्यम नाल सब कुछ प्राप्त किया है अपने उद्यम नाल ही जीव रहा अपने उद्यम नाल ही कमा रहा ते गुरु आखदे ने कई कोट काले थक पाए कई कोट बैठ थी खाए गुरबाणी दिया अब सामने जिन्ना चिर असी कोई दलीला नहीं रखांगे कई गल्लां भुलेखा बन जाणगियां क्योंकि जदों सियामु सामने रखने हैं कई बार ये भी चितवनी विच भुलेखा पै जांदा भी खौरे गुरु दा विचार सिद्धांत एक नहीं नहीं गुरु दा सिद्धांत स्थिर है गुरु कहिंदे कुछ कर भी क्योंकि दो चीजा इकट्ठिया कर दिखती कर्म करत हो वैने कर्म तिस वैष्णु का निर्मल धर्म धर्म की है धर्म कुछ सिखाता है उद्यम छड़ना नहीं कर्म करत हो वैने कर्म पर उद्यम ते हंकार होमे निर्भर नहीं रखना भी मैं अपने उद्यम नाल जे तू सब कुछ अपने उद्यम मैं एक बार अर्ज की थी उद्यम ते अरदास दो चीजा जोड़ के रखनी है उद्यम ते अरदास जड़ी है वो किसे दी मानता है प्रभु दी मानता है अधिक दी मानता है अरदास दे संबंध विच एक वखरा विषय जितने अगे अरदास करनी है पर इंदा मतलब अरदास किसे अगे करनी है ना जिंदे अगे करनी है उंदे अगे सिर झुकना है ते अरदास दे नाल उद्यम दो चीजां दा इकट्ठा है जे अरदास ना रहे ता उद्यम जड़ा है ओ अभिमान हंकार बन जांदा है सतगुरु कहिंदे ने हंकार विच ता धर्म कीता भी धर्म नहीं हुण इसे लई दो लाइना मैं आप जी दे सामने रखियां ने एक पासे आख रहे ने काहे रे मन चित वै उद्यम या हर हर जी उपरिया
ਸੈਲ ਪੱਥਰ ਮੱਜਣ ਤੇ ਉਪਾਏ ਤਾਂ ਕਰਜ ਕਾਗੇ ਕਰ ਧਰਿਆ ਸਭ ਕੁਝ ਉਹਨੇ ਅੱਗੇ ਰੱਖ ਦਿੱਤਾ ਤੇ ਰੱਖ ਦਿੱਤਾ ਤੇ ਫਿਰ ਤੈਨੂੰ ਕੁਛ ਕਰਨ ਦੀ ਲੋੜ ਨਹੀਂ ਥਾਲ ਵਿੱਚ ਰੋਟੀ ਸਜਾ ਕੇ ਕੋਈ ਅੱਗੇ ਰੱਖ ਦੇ ਫਿਰ ਵੀ ਤੈਨੂੰ ਉਦਮ ਦੀ ਲੋੜ ਹੈ ਤੋੜ ਕੇ ਗ੍ਰਹਿ ਤਾਂ ਫਿਰ ਤੂੰ ਮੂੰਹ 'ਚ ਪਾਉਣੀ ਹੈ ਥਾਲ ਵਿੱਚ ਪਾਈ ਉਹਨੇ ਤਾਂ ਤੇਰੇ ਸਾਹਮਣੇ ਰੱਖ ਦਿੱਤੀ ਉਦਮ ਤੇ ਰਹਿਮਤ ਦੋ ਚੀਜ਼ਾਂ ਦਾ ਸੰਬੰਧ ਆਪਸ ਵਿੱਚ ਸਿੱਖ ਨੇ ਤੋੜਨਾ ਨਹੀਂ ਸਮਝਣਾ ਮੈਂ ਅੱਜ ਦੇ ਸਲੋਕ ਦੇ ਸੰਬੰਧ ਵਿੱਚ ਫਿਰ ਅਰਜ਼ ਕਰਾਂ ਪਿਛਲੀ ਵਾਰ ਦਾ ਦੁਹਰਾ ਦੇ ਕਿ ਇਹ ਸਲੋਕ ਜੋ ਹੈ ਆਖਰੀ ਸਲੋਕ ਅਗਲੇ ਹਫ਼ਤੇ ਸਮਾਪਤ ਹੋ ਜਾਣੀ ਇਹ ਲੜੀ ਉਸ ਤੋਂ ਪਹਿਲਾਂ ਦੇ ਦੋ ਸਲੋਕ ਇਹ ਅਤੇ ਇਸ ਤੋਂ ਪਹਿਲੇ ਵੀ ਆ ਚੁੱਕੇ ਨੇ ਦੋ ਸਲੋਕ ਜਿਹਦੇ ਵਿੱਚ ਭਗਤਾਂ ਦਾ ਹੋਰ ਭਗਤਾਂ ਦਾ ਨਾਮ ਹੈ ਅਤੇ ਇਸ ਵਿੱਚ ਵੀ ਜਿਹੜੇ ਇਹ ਦੋ ਸਲੋਕ ਨੇ ਪਿਛਲੀ ਵਾਰ ਆਇਆ ਹੈ ਨਾਮਦੇਵ ਜੀ ਦਾ ਨਾਮ ਕਹਿ ਨਾਮਾ ਐਤਕੀ ਬਾਬਾ ਰਵਿਦਾਸ ਜੀ ਦਾ ਨਾਮ ਗਾਇਆ ਹੈ ਅਤੇ ਮੈਂ ਪਿਛਲੀ ਵਾਰ ਵਾਲੇ ਲਫ਼ਜ਼ ਫਿਰ ਦੁਹਰਾ ਦਿਆਂ ਕਿ ਇਹ ਭੁਲੇਖਾ ਨਾ ਪਵੇ ਕਿ ਇਹ ਬਾਬਾ ਕਬੀਰ ਜੀ ਦਾ ਸਲੋਕ ਨਹੀਂ ਕਿਉਂਕਿ ਕਬੀਰ ਜੀ ਦਾ ਇਹਦੇ 'ਚ ਨਾਮ ਨਹੀਂ ਰਵਿਦਾਸ ਦਾ ਨਾਮ ਹੈ ਸਪਸ਼ਟ ਹੈ ਅਤੇ ਪਿਛਲੀ ਵਾਰ ਕੀਤੀ ਸੀ ਲਗਭਗ ਇੱਕ ਸਦੀ ਨਾਮਦੇਵ ਜੀ ਵੀ ਅਤੇ ਰਵਿਦਾਸ ਜੀ ਵੀ ਬਾਬਾ ਕਬੀਰ ਤੋਂ ਪਹਿਲਾਂ ਹੋਏ ਨੇ ਉਹ ਪਹਿਲਾਂ ਹੋਏ ਜਿਹੜੇ ਪਹਿਲਾਂ ਹੋਏ ਨੇ ਉਹਨਾਂ ਦੀਆਂ ਰਚਨਾਵਾਂ ਬਾਬਾ ਕਬੀਰ ਜੀ ਦੇ ਸਾਹਮਣੇ ਆਈਆਂ ਨੇ ਭਗਤ ਜਨ ਇੱਕ ਰਾਹ ਦਾ ਪੰਧ ਜਿਹੜਾ ਉਹ ਦੂਜੇ ਨਾਲ ਸੰਬੰਧ ਰੱਖਦਾ ਹੈ ਉਹਨਾਂ ਦੀਆਂ ਰਚਨਾਵਾਂ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੀ ਸੋਚ ਉਹਨਾਂ ਦੀ ਅਗਵਾਈ ਬਾਬਾ ਕਬੀਰ ਜੀ ਤੱਕ ਪਹੁੰਚੀ ਹੈ ਇਸ ਲਈ ਬਾਬਾ ਨਾਮਦੇਵ ਜੀ ਦਾ ਸਲੋਕ ਕਹਿੰਦੇ ਆ ਅਖੀਰ 'ਤੇ ਬਾਬਾ ਕਬੀਰ ਜੀ ਨੇ ਇਹ ਗੱਲ ਦੋ ਸਲੋਕਾਂ ਵਿੱਚ ਜਿਹੜੀ ਕਹੀ ਹੈ ਇਹ ਕਹੀ ਹੈ ਵੀ ਦੇਖੋ ਜੋ ਕੁਝ ਮੈਂ ਕਹਿੰਦਾ ਜੋ ਸਾਰੀ ਰਚਨਾ ਵਿੱਚ ਤਾਤਪਰਜ ਹੈ ਬਾਬਾ ਕਬੀਰ ਜੀ ਦੇ ਸਲੋਕਾਂ ਦੇ ਜੋ ਕੁਝ ਮੈਂ ਕਹਿੰਦਾ ਉਹ ਸਿਰਫ ਮੈਂ ਨਹੀਂ ਕਹਿੰਦਾ ਨਾਮਦੇਵ ਵੀ ਕਹਿੰਦਾ ਇਸ ਲਈ ਨਾਮਦੇਵ ਜੀ ਦਾ ਨਾਂ ਲਿਖ ਦਿੱਤਾ ਨਾਮਦੇਵ ਵੀ ਉਹ ਕਹਿੰਦਾ ਆਪਾਂ ਕਈ ਵਾਰ ਕਿਸੇ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਆਖੀਦਾ ਵੀ ਮੇਰਾ ਮੈਂ ਨਹੀਂ ਕਹਿੰਦਾ ਫਲਾਣੇ ਕੋਲੋਂ ਪੁੱਛ ਲਿਆ ਉਹ ਵੀ ਇਹੀ ਕਹਿੰਦਾ ਯਕੀਨ ਦਿਵਾਉਣ ਵਾਸਤੇ ਹੁਣ ਇਹਨਾਂ ਦੋ ਸਲੋਕਾਂ ਵਿੱਚ ਪਹਿਲੇ ਸਲੋਕ ਵਿੱਚ ਜਿਹੜਾ ਪਿਛਲੀ ਵਾਰ ਆ ਚੁੱਕਾ ਹੈ ਨਾਮਦੇਵ ਜੀ ਦਾ ਸਲੋਕ ਹੈ ਵੀ ਨਾਮਦੇਵ ਵੀ ਇਹੋ ਕਹਿੰਦਾ ਹੁਣ ਇੱਥੇ ਰਵਿਦਾਸ ਜੀ ਦਾ ਨਾਮ ਹੈ ਕਿ ਬਾਬਾ ਰਵਿਦਾਸ ਵੀ ਇਹੋ ਕਹਿੰਦਾ ਕੀ ਕਹਿੰਦਾ ਇੱਕ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦੀ ਆਸ ਨਾ ਰੱਖ ਅਰਦਾਸ ਉਹਦੇ ਅੱਗੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਵੀ ਬਾਰ ਬਾਰ ਇਸ ਗੱਲ ਦੀ ਤਾਈਦ ਕੀਤੀ ਹੈ ਅਰਦਾਸ ਕਹਿੰਦੇ ਅੱਗੇ ਕਰਨੀ ਹੈ ਜਾਂ ਕਿ ਤਾਂ ਕੋ ਵਿਘਨ ਨਾ ਕੋ ਲਾਗੇ ਜਾਂ ਕਿ ਪ੍ਰਭ ਅੱਗੇ ਅਰਦਾਸ ਅਤੇ ਇਹੋ ਗੱਲ ਅਰਦਾਸ ਦਾ ਮਤਲਬ ਕਿ ਆਪਣੀਆਂ ਆਸਾਂ ਉਹਦੇ ਸਾਹਮਣੇ ਰੱਖਣੀਆਂ ਕਿਉਂਕਿ ਮਨੁੱਖਾ ਜੀਵਨ ਜਿਹੜਾ ਹੈ ਉਹ ਆਸਾਂ ਨਾਲ ਪ੍ਰਗਟ ਹੋਇਆ ਹੈ ਅਤੇ ਆਸਾਂ ਵਿੱਚ ਜਿਉਂਦਾ ਹੈ ਮੈਂ ਇੱਕ ਵਾਰ ਕੀਤੀ ਸੀ ਜਿਉਂ ਜਿਉਂ ਮਨੁੱਖ ਵੱਡਾ ਹੁੰਦਾ ਹੈ ਬੱਚਾ ਵੱਡਾ ਹੁੰਦਾ ਹੈ ਤਿਉਂ ਤਿਉਂ ਉਹਦੀਆਂ ਆਸਾਂ ਵੱਡੀਆਂ ਹੁੰਦੀਆਂ ਜਾਂਦੀਆਂ ਹਨ ਪਹਿਲਾਂ ਕੇਵਲ ਦੁੱਧ ਦੀ ਲੋੜ ਹੁੰਦੀ ਹੈ ਫਿਰ ਤਰ੍ਹਾਂ ਤਰ੍ਹਾਂ ਦੇ ਭੋਜਨਾਂ ਦੀ ਤਰ੍ਹਾਂ ਤਰ੍ਹਾਂ ਦੇ ਕੱਪੜੇ ਮੰਗ ਕਰਦਾ ਫਿਰ ਖਿਡੌਣੇ ਮੰਗ ਕਰਦਾ ਦਿਨ ਬ ਦਿਨ ਆਸਾਂ ਵੱਡੀਆਂ ਹੁੰਦੀਆਂ ਨੇ ਬੁਢੇਪੇ ਤੱਕ ਮਨੁੱਖ ਦੀਆਂ ਆਸਾਂ ਨਹੀਂ ਖਤਮ ਹੁੰਦੀਆਂ ਆਸਾਂ ਦੇ ਸਹਾਰੇ ਜਿਉਂਦਾ ਲੋਕਾਂ ਨੇ ਅਖਾਂਡ ਬਣਾ ਦਿੱਤਾ ਜੀਵੇ ਆਸਾ ਮਰੇ ਨਿਰਾਸਾ ਆਸ ਇੱਕ ਜੀਵਨ ਦਾ ਸਹਾਰਾ ਹੈ ਗੁਰੂ ਨੇ ਆਖਿਆ ਆਸ ਰੱਖ ਪਰ ਜਿਹੜੀ ਮਨ ਦੀ ਆਸਾ ਹੈ ਉਹਨੂੰ ਤਿਆਗ ਆਸਾ ਮਨਸਾ
सगल ते आके आसा जड़ी मनसा एक आसा जड़ी है आसा दा दूसरा लफज है ओट जिंदे ते आस रखनी जिंदा सहारा लेना है जिंदी ओट दा मैनू भरोसा होवे आपा कहने हां भाई मैनू तो तेरे ते ही आसरा है आसरा लफज तो ही आसरा लफज बन ले तेरा ही आसरा है गुरु कहंदे ने ओ आस जेड़ी जिन्नू जिन्ने आसरा पालना है ओनू पता होवे मैं आसरा किंदा लेना है ते बाबा रविदास जी ने भी एहो गल कर बाबा कबीर कहंदे ने वेख बाबा रविदास भी कहंदा है हर सो हीरा छाड़ के करयान की आस रब एक कीमती एडा कीमती शक्ति है महान शक्ति है जिंदे कोल कोई भी थोड़ नहीं करता तेरे सब कुछ है ते ओनू छाड़ के किस होर दी आस ते बैठा है और यो गल श्री गुरु ग्रंथ साहब दी हर सिख ने समझनी है समझ नहीं अज के श्लोक विचों एक गल विश्वास विच लियोनी है कि एक प्रभु की आस है होर असी रोज ये गल क्यों कहने कि मनुख जीवन विच बिखर गया है अज भी मैं सवेरे देख रहा सा फेसबुक विच किसे नाम नहीं लेना चाहता साढ़े ही आगू दे विचार सन ते आख रहा सी ओ वीर कि असी एक होइए हर शहर अंदर अपनियां जथेबंदियां जिहड़ियां श्री गुरु ग्रंथ साहिब हर गुरद्वारे विच प्रकाश ने इसलिए श्री गुरु ग्रंथ साहिब दे सिख होण दे नाते असी कम से कम हर एक शहर दे गुरद्वारियां नूं तां एक करिए ते मैनूं मजबूरन थले एक जवाब पाना पिया फलियो पहलां ये वेखो भी असी उस एक गुरु दे सिख हाँ अज ही दूजी चीज़ भी मेरे सामने आई मैं साझी कर जो चीज़ देखना उस कौम नाल साझी करना वो अज पटने साहब तो कोई कथा कर रहा सी उनका नाम भी सुखदेव सिंह ज्ञानी सुखदेव सिंह और उनके लफज मैं सुन के हैरान हो पटने साहब तो कथा हो रही है और प्रेरणा दी जा रही है कि भलो जो गुरमत सीखनी है तो पटना साहब की कथा सुनया करो उत्थे वो लफज की कहता है फरे ते बोल रहे हैं कहता है जेड़ा निहंग सिंह फरा रखता है फरा है कि फरा आके मां काल का प्रतीक है मां काल जेड़ा है वो फरे दी निशानी है ते जेड़ा सिंह फरा रखता है ना वो समझो मां काल है ते मां काल जेड़ा है वो गुरु अगे महाराज अगे भी नमस्कार नहीं करता फरे वाला सिख आके महाराज अगे उन्दे लफज ने महाराज अगे नमस्कार नहीं करता तखत का जथेदार भी जड़ा है उन्दे अगे वो नमस्कार नहीं करता बल्कि वो उन्दे अगे नमस्कार करता क्योंकि मां काल परमेश्वर है वो सब तो वड्डा है ते वो है फरा सानू सिखाया ये जा रहा है पर गुरु श्री गुरु ग्रंथ साहब को पुछो वो कहता है भलिया जप गोविंद गोपाल लाल जप गोविंद गोपाल लाल अगले पासे कहंदा है राम नाम सिमर तू जीवें फिर ना खाई मां काल इंदा माल इंदा मतलब है जे तू राम नाम दा सिमरन प्रभु नाल नहीं जुड़दा ते तेनू मां काल खा जाएगा ओ दुश्मन है जिन्नी देर ये सारे भुलेखे गुरबाणी विचों असी दूर नहीं करांगे कित्थे होणगे हुण बाबा रविदास भी बाबा कबीर अपनी रसना तो आखदे ने भलियो जे मैं कहना ते मेरी गल ही नहीं रविदास की गल भी सुन लो बाबा रविदास की कहंदा है हर सो हीरा छाड़ के कर है आन की आस तार जी अरे एक टेक तू लाहे बिडानी आस
लाहे बेडानियास तो जो से अनुप सुरजनो तजो से अनुप सुरजनो सिमरो हर हर राय एक आस हर मन रखो। कहना दुखी होएगा हम बाबा रे बदास भी यो गल आख रहे ने कहते ने हर सो हीरा छाड़ के करें आन की आस फिर की होएगा जे रब नू छाड़ के प्रभु नू छाड़ के किसे होर महाकाल भगवती दी आस रख के उन्दे कोलों कुछ मंगेगा तो विश्वास करते नर दोजक जाएंगे। फैसला नहीं सत पाठ फिर रविदास बाबा कबीर जी का श्लोक है रविदास जी की शहादत है गवाही है बाबा कबीर सामने रख रहे हैं कहते हैं दुनिया के लोगों रविदास को भी पूछ लो वह भी कहता है वह लोग दोजक में रहेंगे जेडे एक प्रभु को छोड़ के किसी होर मनुख की आस ला के अपना जीवन गुजारेंगे ते नर वो मनुख दोजक जाएंगे वो दुखों में पै जाएंगे। सत पाखे रमदास वो दुनिया के लोगो रमदास सच आख रहा है जेड़े एक प्रभु नू छड़ के होर देवी देवतियां दे होर संसार दे मनुखां दी आस रख के कुछ प्राप्त करना चाहनगे। श्री गुरु ग्रंथ साहब दी बाणी दा शब्द है जिन्हें कुछ लाइना ने गुरु कहंदे ने जे मन चित आस रखो जे मन चित आस रखो हर ऊपर गुरबाणी दे शब्द फैसले ने बाबा कबीर कहते सिर्फ मैं नहीं कहता होर भी सुन लो जे मन चित आस रखो हर ऊपर ता मन चिंद अनेक अनेक फल पाई को पलिया जे मन विच एक प्रभु दी एक हरी ती आस रखेगा ता मन दे हर लोड़ा हर जरूरत उतो पूरनिया होनगियां ता मन चिंद अनेक अनेक फल पाई हर जाने सब किछ इथों तक के रब तेरे दिल दियां लोड़ां तेरियां जरूरतां सारियां जानदा है उन्हूं कहण दी भी लोड़ नहीं पैणी हर जाने सब किछ जो जी वरते प्रभ कहलिया किसे का एक तिल ना गवाई। इत्थे बस नहीं फिर कहन लगे एक यकीन कर हर तिस की आस रखे हर तिस की आस करे मन मेरे जो सब में स्वामी रहा समाई वो तो अंदर बैठा है तेरे आखर जेड़ा भी आस जेड़ी जेड़ा भी फुरना फुरना पहले अंदरों फुरना है क्यों तो अंदर बैठा है तेनू बाहर दे उद्यम करन तो पहला वो तेरे अंदर दी आस तेरे मन दी चितवना तेरी सोच तेरी लोड़ नू वो जानता है। इसलिए कहन लगे मेरे मन कर आसा आसा कर जगदीश गोसाई पर एक ख्याल रखी जे बिन हार आस अवर कहूं की कीजै ये भी फैसला दे दिता तू होर ना कोलो मंगना महाकाल ते भगवती दा सिख बनना तू देवी देवतियां दे सामने लक्ष्मी दी पूजा करके दुनिया दे होर इष्टां नूं जिहड़े मानता दे के उन्हां कोलों एक प्रभु नूं छड्ड के
ਬਲਕਿ ਇਹੋ ਹੀ ਗੱਲ ਗੁਰੂ ਨੇ ਬਹੁਤ ਦੇਰ ਹੋਈ ਮੈਂ ਇੱਕ ਵਾਰ ਕੀਤੀ ਸੀ ਕਿ ਭਲਿਓ ਜੇ ਸਾਡੇ ਕੋਲ ਬੈਠਿਆਂ ਛੋਟਾ ਜਿਹਾ ਬੱਚਾ ਸਾਡਾ ਕੋਈ ਮਿੱਤਰ ਆਇਆ ਹੋਵੇ ਮੰਨੋ ਮਿੱਤਰ ਲੈ ਲਓ ਬਰਾਬਰ ਦਾ ਲੈ ਲਓ ਕੋਈ ਆਇਆ ਬੈਠਾ ਹੋਵੇ ਅਤੇ ਸਾਡਾ ਬੱਚਾ ਉੱਠ ਕੇ ਉਹਦੇ ਕੋਲੋਂ 10 ਰੁਪਏ ਮੰਗਣ ਲੱਗ ਪਵੇ ਤਾਂ ਅਸੀਂ ਕੀ ਮਹਿਸੂਸ ਕਰਦੇ ਹਾਂ ਮਹਿਸੂਸ ਹੁੰਦਾ ਨਾ ਵੀ ਹੱਦ ਤੱਕ ਸਾਡੀ ਇਹ ਕੀ ਆਖੇਗਾ ਇਹਨੂੰ ਘਰੋਂ ਕੁਝ ਨਹੀਂ ਮਿਲਿਆ ਇਹਦਾ ਬਾਪੂ ਇਹਨੂੰ ਕੁਝ ਨਹੀਂ ਦਿੰਦਾ ਇਹ ਤਾਂ ਹੀ ਮੇਰੇ ਕੋਲ ਮੰਗਦਾ ਅਤੇ ਮੈਂ ਕਿਹਾ ਜੇ ਭਲਾ ਕਿਸੇ ਦੇਵੀ ਦੇਵਤੇ ਨੂੰ ਤੁਸੀਂ ਬਰਾਬਰ ਵੀ ਬਿਠਾ ਕੇ ਉਹਦੇ ਕੋਲੋਂ ਮੰਗੋ ਤਾਂ ਮੇਰਾ ਗੁਰੂ ਨਾਨਕ ਇਹ ਨਹੀਂ ਸੋਚਦਾ ਮੇਰਾ ਸਤਿਗੁਰੂ ਇਹ ਨਹੀਂ ਸੋਚਦਾ ਵੀ ਲੋਕ ਕੀ ਆਖਣਗੇ ਇਹਨੂੰ ਗੁਰੂ ਨਾਨਕ ਦੇ ਦਰੋਂ ਕੁਝ ਨਹੀਂ ਮਿਲਿਆ ਇਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚੋਂ ਕੁਝ ਨਹੀਂ ਮਿਲਿਆ ਇਹ ਪ੍ਰਥਮ ਭਗਵਤੀ ਸਿਮਰਦਾ ਪਿਆ ਇਸ ਲਈ ਭਲਿਆ ਘਰ ਹੁੰਦੇ ਰਤਨ ਪਦਾਰਥ ਭੁੱਖੇ ਭਾਗਹੀਣ ਹਰ ਦੂਰੇ ਫਿਰ ਉਲੰਬ ਹੈ ਗੁਰੂ ਨੇ ਬਾਣੀ ਵਿੱਚ ਆਖਿਆ ਜੇ ਘਰ ਹੁੰਦੇ ਮੰਗਣ ਜਾਈਏ ਗੁਰਬਾਣੀ ਹੈ ਜੇ ਘਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਾਂ ਇਸ ਸ਼ਬਦ ਦੀਆਂ ਅਗਲੀ ਲਾਈਨ ਵਿੱਚ ਵੀ ਸਤਿਗੁਰੂ ਨੇ ਗੁਰਬਾਣੀ ਅੰਦਰ ਇਹ ਗੱਲ ਆਖੀ ਕਹਿਣ ਲੱਗੇ ਜੇ ਬਿਨ ਹਾਰ ਆਸ ਅਵਰ ਕਾਹੂੰ ਕੀ ਕੀਜੈ ਅਗਲੀ ਲਾਈਨ ਹੈ ਮੇਰੇ ਮਨ ਕਰ ਆਸਾ ਜਗ ਆਸਾ ਕਰ ਜਗਦੀਸ਼ ਗੁਸਾਈ ਫਿਰ ਕਹਿਣ ਲੱਗੇ ਜੇ ਬਿਨ ਹਰ ਆਸ ਅਵਰ ਕਾਹੂੰ ਕੀ ਕੀਜੈ ਵਿਸ਼ਵਾਸ ਕਰ ਸਾ ਨਿਫਲ ਆਸ ਸਭ ਬਿਰਥੀ ਜਾਈ ਤੇਰੀਆਂ ਆਸਾਂ ਬਿਰਥੀ ਜਾਣੀਆਂ ਅਰਦਾਸਾਂ ਕਿਸੇ ਕੰਮ ਨਹੀਂ ਆਉਣੀਆਂ ਕਿਸੇ ਹੋਰ ਦਰ ਤੋਂ ਤੈਨੂੰ ਬਿਲਕੁਲ ਕੁਝ ਨਹੀਂ ਮਿਲ ਸਕਦਾ ਜੇ ਤੈਨੂੰ ਆਪਣੇ ਪ੍ਰਭੂ ਦੇ ਦਰਬਾਰ ਵਿੱਚੋਂ ਕੁਝ ਨਹੀਂ ਮਿਲਿਆ ਗੁਰੂ ਨੇ ਬਾਣੀ ਵਿੱਚ ਆਖਿਆ ਜਾਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਜਾਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ ਸਾਰਾ ਵਿਸ਼ਵਾਸ ਗਵਾਉਂਦੇ ਨੇ ਭਲੇ ਆ ਇੱਕ ਦਾ ਬਣ ਉਹਦੇ ਦਰੋਂ ਤੈਨੂੰ ਸਭ ਕੁਛ ਮਿਲਦਾ ਹੈ ਵਡਿਆਈਆਂ ਉਸ ਕੋਲ ਨੇ ਕਰਤੇ ਹੱਥ ਵਡਿਆਈਆਂ ਉਹਦੇ ਘਰ ਵਿੱਚ ਸਤਿਗੁਰੂ ਨੇ ਬਾਣੀ ਵਿੱਚ ਇੱਥੋਂ ਤੱਕ ਆਖਿਆ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਕਿ ਕਲਪ ਬਿਰਛ ਕਾਮ ਦੇਣ ਗਊ ਸਾਰਾ ਕੁਛ ਤਾਂ ਉਹਦੀ ਤਲੀ 'ਤੇ ਹੈ ਚਾਰ ਪਦਾਰਥ ਅਸ਼ ਦਸ਼ਾ ਸਿੱਧ ਨਵ ਨਿਧ ਕਰ ਤਲ ਤਨ ਉਹਦੇ ਹੱਥ ਵਿੱਚ ਹੈ ਉਹਦੀ ਤਲੀ ਵਿੱਚ ਹੈ ਉਹਦੇ ਵਿੱਚ ਦੇਣ ਲੱਗਿਆਂ ਦੇਰ ਦਿੰਦਾ ਵੀ ਸਭ ਕੁਛ ਹੈ ਜੇ ਤੂੰ ਮੇਰਾ ਹੋ ਰਹੇ ਕਿਉਂ ਗੁਰ ਸਤਿਗੁਰੂ ਨੇ ਆ ਕੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ 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 ਮੁਛੰਦਾ ਤੁਦ ਸਭ ਕੁਛ ਮੈਨੂੰ ਸੌਂਪਿਆ ਸੰਸਾਰ ਅੰਦਰ ਮੈਂ ਇੱਕ ਵਾਰ ਕੀਤੀ ਸੀ ਸੰਸਾਰ ਅੰਦਰ ਬੜੇ ਦਾਤੇ ਨੇ ਪਰ ਜੇ ਕੋਈ ਕਰੋੜਾਂ ਪਤੀ ਹੈ ਤਾਂ ਉਹ ਲੱਖਾਂ ਦਾਨ ਕਰ ਸਕਦਾ ਲੱਖਾਂ ਪ੍ਰਤੀ ਹੈ ਤਾਂ ਉਹ ਹਜ਼ਾਰਾਂ ਦਾਨ ਕਰ ਸਕਦਾ ਉਹਦਾ ਕੁਝ ਹਿੱਸਾ ਹੀ ਦਾਨ ਕਰੇਗਾ ਨਾ ਪਰ ਜਦੋਂ ਸਤਿਗੁਰੂ ਨੇ ਨਿਰੰਕਾਰ ਦੀ ਪ੍ਰਭੂ ਦੀ ਗੱਲ ਕੀਤੀ ਨਾ ਉੱਥੇ ਕਹਿਣ ਲੱਗੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੈ ਪਰ ਦੇਣ ਲੱਗਿਆ ਵੀ ਤੂੰ ਸਭ ਕੁਝ ਦਾ ਸਭ ਕੁਝ ਹੀ ਦੇ ਦਿੰਦਾ ਹੈ ਦੁੱਧ ਸਭ ਕੁਛ ਮੈਨੂੰ ਸੌਂਪਿਆ ਪਰ ਸ਼ਰਤ ਇੱਕੋ ਕਿ ਜਾਂ ਤੇਰਾ ਬੰਦਾ ਜਦੋਂ ਮੈਂ ਤੇਰਾ ਬੰਦਾ ਬਣ ਜਾਵਾਂਗਾ ਮੈਂ ਥਾਂ ਥਾਂ ਦਾ ਬੰਦਾ ਨਹੀਂ ਬਣਿਆ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਸਾਚਾ ਸਤਿਗੁਰ ਭਾਈ ਗੁਰਦਾਸ ਜੀ ਨੇ ਆਖਿਆ ਸਤਿਗੁਰੂ ਪਾਤਸ਼ਾਹ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ ਜਦੋਂ ਤੂੰ ਦੂਜਿਆਂ ਦੀ ਆਸ ਲਾ ਕੇ ਬੈਠਾ ਹੈ ਤਾਂ ਹੀ ਆਪਣੇ ਜੀਵਨ ਅੰਦਰ ਤੂੰ ਵੇਖ ਘਾਟ ਹੀ ਘਾਟ ਪ੍ਰਤੀਤ ਕਰ ਰਿਹਾ ਤੂੰ ਹਰ ਕਦਮ 'ਤੇ ਮਹਿਸੂਸ ਕਰਨਾ ਹੈ ਕਿ ਮੇਰਾ ਸੰਘਰਸ਼ ਮੇਰਾ ਕਾਲਿਆ ਮੇਰੀਆਂ ਸ਼ਹੀਦੀਆਂ ਮੇਰਾ ਸਭ ਕੁਛ ਜੋ ਕੁਝ ਮੈਂ ਕੀਤਾ ਹੈ ਉਹਦੇ ਬਦਲੇ ਵਿੱਚ ਮੈਨੂੰ ਕੀ ਮਿਲਿਆ ਹੈ ਕਿਉਂਕਿ ਤੂੰ ਗੁਰੂ ਦਾ ਨਹੀਂ ਬਣਿਆ ਤੂੰ ਰੱਬ ਦਾ ਨਹੀਂ ਬਣਿਆ
इस लई कहन लगे जे तेरी काल थाए नहीं पई तो उनका मतलब तू गुरु वाला बन के नहीं कहती। इत्थे निशानी ये है तू सब कुछ मैनू सौंपया जा तेरा बंदा, जे तेरा बन जावा तो फिर लक्ष्मी तोट ना आवे। खाए खर्च रहंदा लख 84 मेदनी सब सेव करंदा, सब तेरे अधीन होंगे, अपने आप ही तेरा राज पैदा हो जाएगा क्योंकि सारे तेनू मानता दे देंगे। लख 84 मेदनी सब सेव करंदा, बल्कि जेड़े अज तेनू दुश्मन नजर आते ने वह भी तेरे मित्र बन जाएंगे। ये वैरी मित्र सब कीत्या नहीं मंगे मंदा, वो फिर तेरा मंदा नहीं मंगणगे, वो कदी आलोचना नहीं करनगे कि इंदा मंदा होवे इंदा बुरा होवे। ये सब कुछ क्यों हो रहा है? क्योंकि तू गुरु वाला नहीं बन रहा, तो एक प्रभु ते अपनी ओट आसरा नहीं रख रहा। गुरु कहिंदे ने लख 84 मेदनी सब सेव करंदा, ये वैरी मित्र सब कीत्या नहीं मंगे मंदा। अगे कहिंदे ने लेखा कोई न पुछई जा हर बख्शंदा, आनंद भया सुख पाया मिल गुरु गोविंदा। आखरी लाइन पढ़ो, सबे कार्य सवारी है, कोई कार्य कदे निष्फल नहीं होता, सबे कार्य सवारी है जा तुद भवन दा। ते इत्थे की कहिंदे ने, कहिंदे ने जे बिन हर आस अवर कहूं की कीजे। जे एक प्रभु दा आसरा छड़ के किसी होर दे आसरे जीवन की कोशिश करेगा, विश्वास कर जे बिन हर आस अवर कहूं की कीजे। ते अगली लाइन है साने फल आस सब बिरथा जाई, ओ तेरी सारी करना बिरथी जाएगी ते जा रही है। अजे भी अपने आप को समझ लै बाबा कबीर जी दे इस श्लोक विच, बाबा रविदास जी दी गुआई दे के शहादत दे के ये गल समझाई गई है। कहन लगी करे आन की आस, करे आन की आस हर सो हीरा छाड़ के, हर सो हीरा छाड़ के करे आन की आस। ते नर दोज़ख जाएंगे, ते नर दोज़ख जाएंगे, सत पाखे रविदास, सत पाखे रविदास करे एक आस राखो मन माहे। सतगुरु बाणी विच कहे एक आस राखो मन माहे सर्व रोग नानक मिट जाए। मनुख इको आस ते एक दा बन के इक्का बाणी एक गुर इको शब्द विचार दे सहारे अपने जीवन दी सेध बना लै ताँ ही सुखी हो सकता है। ये गुरबाणी का फैसला है, ये बाबा रविदास जी का फैसला है, ये बाबा नामदेव जी का फैसला है, ये बाबा कबीर जी का फैसला है। इन्होंने शब्दों नाल खिमांदा जा चुका
ਹੁਣ ਕਬੀਰ ਜੀ ਦੀ ਬਾਣੀ ਜਿਹੜੀ 15-16 ਸਾਲ ਤੋਂ ਲੜੀ ਚੱਲ ਰਹੀ ਸੀ, ਉਹਦਾ ਭੋਗ ਆਖਰੀ ਸਲੋਕ ਅਗਲੇ ਹਫ਼ਤੇ ਸ਼ਨਿਚਰਵਾਰ ਆਪਾਂ ਮਿਲ ਬੈਠ ਕੇ ਪ੍ਰੋਗਰਾਮ ਬਣਿਆ ਜਿਸ ਤਰ੍ਹਾਂ ਮਿੱਤਰਾਂ ਨੇ ਬਣਾਇਆ ਹੈ। ਸੁੱਖੀ ਸਾਹਿਬ ਦੇ ਘਰ ਅਸਥਾਨ ਖੁੱਲ੍ਹਾ ਹੈ, ਉੱਥੇ ਮਿਲ ਬੈਠ ਕੇ ਸਾਰੀ ਸੰਗਤ ਨੂੰ ਸੱਦਾ ਪੱਤਰ ਹੈ। ਜਿਹੜੇ ਸੱਜਣ ਨੇੜੇ ਦੂਰ ਦੇ ਆ ਸਕਦੇ ਨੇ ਉਸ ਅਸਥਾਨ 'ਤੇ ਸਨਮੁੱਖ ਬੈਠ ਕੇ ਆਪਾਂ ਵਿਚਾਰ ਕਰਨੀ ਹੈ ਉਸ ਆਖਰੀ ਸਲੋਕ ਦੀ, ਅਤੇ ਜਿਹੜੇ ਨਹੀਂ ਆ ਸਕਦੇ ਦੂਰ ਦੁਰਾਡੇ ਦੇਸ਼ ਵਿਦੇਸ਼ਾਂ 'ਚ ਬੈਠੇ ਨੇ ਉਹ ਔਨਲਾਈਨ ਸਾਧਨ ਅੱਜ ਸਾਨੂੰ ਸਤਿਗੁਰੂ ਦੀ ਕਿਰਪਾ ਨਾਲ ਸਾਇੰਸ ਨੇ ਦਿੱਤਾ ਹੈ, ਉਹਦਾ ਫਾਇਦਾ ਉਠਾ ਕੇ ਜੁੜੀਏ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੱਕਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।